ਵੱਡੀ ਖਬਰ ਸਾਹਮਣੇ ਆ ਰਹੀ ਹੈ ਫਤਿਹਗੜ੍ਹ ਸਾਹਿਬ ਤੋਂ ਫਸਲਾਂ ਦੀਆਂ ਦਵਾਈਆਂ ਵੇਚਣ ਵਾਲੇ ਤੋਤਾ ਸਿੰਘ ਅਤੇ ਵੈਕਸੀਨ ਘੋਟਾਲੇ ਦੇ ਦੋਸ਼ੀ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਕੋਠੀ ਦੇ ਬਾਹਰ ਕੁਝ ਲੋਕਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਅਤੇ ਉਹਨਾਂ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਇਸ ਮੌਕੇ ਰੁਪਿੰਦਰ ਸਿੰਘ ਹੈਪੀ ਪ੍ਰਧਾਨ ਐਸਸੀ ਵਿੰਗ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਪੁਲਿਸ ਸਟੇਸ਼ਨ ਜਾਂਦੇ ਹੋਏ ਉਹਨਾਂ ਨੇ ਮੀਡੀਆ ਨੂੰ ਆਪਣੇ ਵੱਲੋਂ ਕੀ ਬਿਆਨ ਦਿੱਤੇ ਹਨ ਇਸ ਵਿਸ਼ੇ ਨੂੰ ਲੈ ਕੇ ਉਥੋਂ ਦਿਖਾਣਿਆ लॉटरी का सही नंबर की नौकरी नहीं मिल रही की वीजा नहीं लग रहा की विदेश पक्का होना चाहते हो धन की कमी बीमारी तो परेशानी घर बैठे बैठा ही किया जाएगा तुम्हारी समस्या का समाधान फीस कम होने तो बाद इन सारिया समस्या पक्के हल एक बार जरूर एस्ट्रोलॉजर रोहित जोशी जो करते हैं फ्री सेवा फ्री समाधान 99968 26004